ਨਾਲੇ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਸੈਰ ਕਰਨ ਜਾ ਰਹੇ ਇੱਕ ਸ਼ਖਸ ਦੇ ਵੱਲੋਂ ਪਹਿਲਾਂ ਇਸ ਲਾਸ਼ ਨੂੰ ਦੇਖਿਆ ਜਾਂਦਾ ਅਤੇ ਫਿਰ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਅਤੇ ਫਿਰ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਢਕੋਲੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਨੌਜਵਾਨ ਦੀ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ। ਹਾਲਾਂਕਿ ਜਦੋਂ ਮੌਕੇ ਦੇ ਉੱਤੇ ਲੋਕ ਇਕੱਠੇ ਹੋਏ ਤਾਂ ਉਸ ਸਮੇਂ ਸੜਕ ਦੇ ਕਿਨਾਰੇ 'ਤੇ ਇੱਕ ਥਾਂ ਦੇ ਉੱਤੇ ਕਾਫੀ ਜ਼ਿਆਦਾ ਖੂਨ ਵੀ ਗਿਰਿਆ ਹੋਇਆ ਸੀ ਅਤੇ ਖੂਨ ਦੇ ਨਾਲ ਲੱਥਪੱਥ ਇੱਕ ਇੱਟ ਵੀ ਮਿਲੀ ਹੈ। ਤਾਂ ਦੱਸ ਦਈਏ ਜਿਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਜੋ ਹੈ ਨਾਲੇ ਦੇ ਵਿੱਚ ਸੁੱਟਿਆ ਗਿਆ ਅਤੇ ਇੱਟਾਂ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਕਿ ਇਸ ਇਲਾਕੇ ਦੇ ਵਿੱਚ ਜੋ ਨਸ਼ਾ ਉਹ ਧੜੱਲੇ ਦੇ ਨਾਲ ਵਿਕਦਾ, ਪਤਾ ਨਹੀਂ ਇੱਥੇ ਕੌਣ ਕੌਣ ਆਉਂਦਾ ਰਹਿੰਦਾ ਅਤੇ ਅਜਿਹੇ ਦੇ ਵਿੱਚ ਹੁਣ ਇੱਕ ਹੋਰ ਅਜਿਹੀ ਵਾਰਦਾਤ ਦਾ ਹੋ ਜਾਣਾ ਆਪਣੇ ਆਪ ਦੇ ਵਿੱਚ ਸਹਿਮ ਦਾ ਮਾਹੌਲ ਖੜ੍ਹਾ ਕਰਦਾ ਹੈ। ਤਾਂ ਦੱਸ ਦਈਏ ਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੌਜਵਾਨ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਤਾਂ ਮੋਹਾਲੀ ਦੇ ਢਕੋਲੀ ਦੇ ਵਿੱਚ ਨਾਲੇ 'ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਬੁਰੇ ਤਰੀਕੇ ਦੇ ਨਾਲ ਕੁੱਟ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਜੋ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਦੇ ਕੋਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਜਲਦ ਤੋਂ ਜਲਦ ਇਸ ਇਲਾਕੇ ਦੇ ਵਿੱਚ ਪੈਟਰੋਲਿੰਗ ਵਧਾਈ ਜਾ ਸਕੇ ਤਾਂ ਜੋ ਇੱਥੇ ਕ੍ਰਾਈਮ ਹੋ ਰਹੇ ਨੇ ਉਹਨਾਂ ਨੂੰ ਨਕੇਲ ਕਸੀ ਜਾ ਸਕੇ। ਤਾਂ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੀ ਕਤਲ ਕਰਕੇ ਲਾਸ਼ ਜੋ ਹੈ ਨਾਲੇ ਦੇ ਵਿੱਚ ਸੁੱਟੀ ਗਈ ਹੈ। ਹੰਸਰਾਜ ਜੀ, ਆਪਕੋ ਕਿੰਨੇ ਵਜੇ ਜਾਣਕਾਰੀ ਮਿਲੀ ਸੀ? 6:30 ਵਜੇ ਫੋਨ ਆਇਆ ਮੈਨੂੰ, ਇੱਕ ਫੋਨ ਇੱਧਰੋਂ ਨਾਲ ਤੋਂ ਆਇਆ ਗੁਰੂ ਨਾਨਕ ਤੋਂ, ਫਿਰ ਸੋਨੂ ਦਾ ਫੋਨ ਆਇਆ ਮੈਨੂੰ ਕਿ ਦਾਦਾ ਸ਼ਰਮਾ ਜੀ ਉੱਥੇ ਬੰਦਾ ਨਾਲੇ 'ਚ ਪਿਆ ਹੋਇਆ। ਜਦ ਅਸੀਂ ਆਏ ਹਾਂ ਦੇਖਿਆ ਬੰਦਾ ਨਾਲੇ ਸੀਗਾ, ਲੇਕਿਨ ਇੱਥੇ ਆ ਕੇ ਦੇਖਿਆ ਹੁਣ ਦੇਖੋ ਇੱਟਾਂ ਜਿਹੜੀਆਂ ਇੱਟਾਂ ਮਾਰੀਆਂ ਹੋਈਆਂ, ਔਰ ਇਹ ਦੁਕਾਨ ਹੈ, ਦੁਕਾਨ ਮੇਰੀ ਰਾਣਾ ਆਪਣਾ ਮੈਡੀਕਲ ਕੇਅਰ, ਇਹਦੇ ਬਾਹਰ ਜਿਹੜਾ ਖੂਨ ਹੀ ਖੂਨ ਪਿਆ ਅਤੇ ਇਹ ਲੱਗਦਾ ਵੀ ਜਿੱਦਾਂ ਕੋਈ ਖੂਬ ਝਗੜਾ ਹੀ ਹੋਇਆ ਔਰ ਇਹਨਾਂ ਨੇ ਇੱਟਾਂ ਮਾਰ ਕੇ ਬਹੁਤ ਹੀ ਬੁਰੇ ਤਰੀਕੇ ਨਾਲ ਜਿਹੜਾ ਇਹ ਰਾਤ ਮਰਦ ਹੋਇਆ। ਅਸੀਂ ਪਹਿਲੇ ਵੀ ਮਤਲਬ ਰਿਕੁਐਸਟ ਕੀਤੀ ਹੈ ਕਿ ਇਸ ਏਰੀਏ ਦੇ ਵਿੱਚ ਜਿਹੜੀ ਹੈ ਝੁੱਗੀ ਝੌਂਪੜੀ ਵਾਲੇ ਬਹੁਤ ਜ਼ਿਆਦਾ ਰਹਿੰਦੇ ਆ ਇੱਥੇ, ਰਾਤ ਨੂੰ ਨਸ਼ਾ ਜਿਹੜਾ ਇੱਥੇ ਬਹੁਤ ਜ਼ਿਆਦਾ ਵਿਕਦਾ ਹੈ। ਕਈ ਵਾਰੀ ਅਸੀਂ ਮਤਲਬ ਲੋਕਲ ਜਿਹੜੇ ਬੰਦੇ ਇੱਥੇ ਹੈਗਾ ਸੋਨੂ ਜੀ ਜਾਂ ਆਪਾਂ ਜਿੰਨੇ ਵੀ ਬੰਦੇ ਇੱਥੇ ਹੈਗੇ, ਆਪਾਂ ਕਈ ਵਾਰ ਕਿਹਾ ਵੀ ਰਾਤ ਨੂੰ ਇੱਥੇ ਦਾਰੂ ਪੀ ਕੇ ਬੰਦਾ ਹੱਲਾ ਕਰਦੇ ਆ, ਹੱਲਾ ਗੁੱਲਾ ਕਰਦੇ ਆ, ਅਤੇ ਨਸ਼ਾ ਜਿਹੜੇ ਆ ਉਹ ਸਾਹਮਣੇ ਦੁਕਾਨ ਉੱਥੇ ਵਿਕਦਾ ਹੈ, ਇੱਥੇ ਉਹ ਨਸ਼ਾ ਵੇਚਦੇ ਆ ਇਹ। ਸਾਨੂੰ ਇਹ ਲੱਗਦਾ ਹੈ ਕਿ ਉਹੀ ਕਰਕੇ ਨਸ਼ਾ ਹੀ ਕਰਕੇ ਲੜਾਈ ਝਗੜਾ ਹੋਇਆ ਔਰ ਬੰਦੇ ਦੀ ਜਿਹੜੀ ਆ ਉਹ ਜਾਨ ਚਲੀ ਗਈ। ਮਾਰ ਕੇ ਇਹਨੂੰ ਘਸੀਟ ਕੇ ਉੱਥੇ ਨਾਲੇ ਤੱਕ ਸੁੱਟਿਆ ਗਿਆ? ਇੱਥੋਂ ਤਾਂ ਲੱਗਦਾ ਵੀ ਤੁਸੀਂ ਪਿਆ ਹੋਇਆ, ਇਹਦੇ ਕੈਮਰੇ ਨਾਲ ਅਸੀਂ ਵੇਖ ਰਹੇ ਹਾਂ, ਹੁਣ ਸਾਰੀ ਪਬਲਿਕ ਦੇਖ ਰਹੀ ਹੈ ਵੀ ਇਹਦੇ ਕਿੱਥੋਂ ਕਿਸੇ ਪਿਆ, ਲੇਕਿਨ ਇੱਥੋਂ ਲੈ ਕੇ ਅੱਗੇ ਤੱਕ ਐਂ ਲੱਗਦਾ ਵੀ ਚੱਕ ਕੇ ਲੈ ਕੇ ਗਏ, ਕਿਉਂਕਿ ਜਿੰਨਾ ਬਲੱਡ ਹੈਗਾ ਇੱਥੇ, ਜਿੰਨਾ ਬਲੱਡ ਪਿਆ, ਅਤੇ ਜੇ ਘਸੀਟ ਕੇ ਲੈ ਕੇ ਗਏ ਹੁੰਦੇ 500 ਮੀਟਰ ਦੀ ਦੂਰੀ ਹੈ, ਦੋ ਢਾਈ ਸੌ ਮੀਟਰ ਦੀ ਦੂਰੀ ਹੈ ਇਹ, ਅਤੇ ਐਂ ਜਾ ਨਹੀਂ ਸਕਦਾ। ਔਰ ਜਿਸ ਹਿਸਾਬ ਨਾਲ ਉਹਨੇ ਸੁੱਟਿਆ ਹੋਇਆ ਉੱਥੇ, ਮੈਨੂੰ ਲੱਗਦਾ ਕਿ 2-3 ਬੰਦੇ ਜ਼ਰੂਰ ਹੋਣਗੇ, ਇੱਦਾਂ ਹੋ ਨਹੀਂ ਸਕਦਾ। ਸ਼ਰਮਾ ਜੀ, ਪੁਲਿਸ ਦੀ ਪੈਟਰੋਲਿੰਗ ਵਧਾਉਣ ਲਈ ਤੁਸੀਂ ਕਈ ਵਾਰ ਲੋਕਾਂ ਨੇ ਕਿਹਾ ਪੈਟਰੋਲਿੰਗ ਸਾਹਿਬ ਨਾਲ ਵੀ ਗੱਲ ਹੋਈ ਹੈ, ਕੱਲ੍ਹ ਵੀ ਕਿੰਨਾ ਕਿਹਾ, ਹੁਣ ਅਸੀਂ ਕਈ ਵਾਰ ਰਿਕੁਐਸਟ ਕਰ ਚੁੱਕੇ ਹਾਂ ਕਿ ਢਕੋਲੀ ਛੱਤਰ ਜਿਹੜਾ ਹੈਗਾ ਪਬਲਿਕ ਬਹੁਤ ਜ਼ਿਆਦਾ ਹੋ ਚੁੱਕੀ ਹੈ, ਬਹੁਤ ਜ਼ਿਆਦਾ ਪਬਲਿਕ ਢਕੋਲੀ ਦੇ ਵਿੱਚ ਆਏਗੀ, ਔਰ ਇੱਥੇ ਸਟਾਫ ਜਿਹੜਾ ਹੈ ਕੁਛ ਦਾ ਕਹਿਣਾ ਵੀ ਸਟਾਫ ਘੱਟ ਸਾਡੇ ਕੋਲ, ਲੇਕਿਨ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਦਿਨ ਦਿਹਾੜੇ ਜਿਹੜਾ ਇਹ ਜਿਹੜੇ ਲੂਟ ਪਾਰ ਹੋ ਰਹੀ ਹੈ ਢਕੋਲੀ ਦੇ ਵਿੱਚ, 2-3 ਵਾਰ ਕੱਲ੍ਹ ਪਰਸੋਂ ਸਨੈਚਿੰਗ ਹੋਈ ਹੈ, ਅੱਜ ਇਹ ਦੇਖੋ ਆਪਣਾ ਮਰਡਰ ਹੋ ਗਿਆ, ਇਹਦੇ ਨਾਲ ਕਿਹਾ ਕਿ ਪਬਲਿਕ ਜਿਹੜੀ ਆ ਉਹ ਪੂਰੀ ਇਸ ਟਾਈਮ ਡਰੀ ਹੋਈ ਹੈ, ਔਰ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਰਿਕੁਐਸਟ ਕਰ ਰਹੇ ਹਾਂ ਸਰਕਾਰ ਨੂੰ ਵੀ ਕਿ ਢਕੋਲੀ ਜਿਹੜਾ ਹੈ ਬਹੁਤ ਵੱਡਾ ਏਰੀਆ ਬਣ ਗਿਆ, ਇੱਥੇ ਪੁਲਿਸ ਜਿਹੜੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਟਾਫ ਵਧਾਇਆ ਜਾਏ ਔਰ ਇਲਾਕੇ ਦੇ ਵਿੱਚ ਜਿਹੜੀ ਆ ਪੈਟਰੋਲਿੰਗ ਕੀਤੀ ਜਾਵੇ। ਕੀ ਨਾਮ ਆਪਣਾ? ਸੋਨੂ ਸ਼ਰਮਾ। ਸੋਨੂ ਜੀ,
ਕਿਆ ਹੋਇਆ ਸੀ ਔਰ ਤੁਸੀਂ ਕਿੰਨੇ ਕੁ ਵਜੇ ਇਨਫੋਰਮੇਸ਼ਨ ਦਿੱਤੀ ਪੁਲਿਸ? ਸਵੇਰ 6 ਵਜੇ ਮੇਰੇ ਪਾਸ ਲੜਕੇ ਦਾ ਫੋਨ ਆਇਆ ਤਾਂ ਕਿ ਸਰ ਡੈਡ ਬੋਡੀ ਪੜੀ ਹੈ, ਫਿਰ ਮੈਨੂੰ ਇੱਧਰ ਆ ਕੇ ਦੇਖਾ ਤਾਂ ਫਿਰ ਮੈਨੂੰ ਪੁਲਿਸ ਵਾਲੋ ਕੋ ਬਤਾ ਦਿਆ। ਆਪ ਜਬ ਮੌਕੇ ਪੇ ਪਹੁੰਚੇ ਤਾਂ ਆਪਨੇ ਕਿਆ ਦੇਖਾ ਜੀ? ਮੈਂ ਜਬ ਇੱਧਰ ਕਾਫੀ ਭੀੜ ਹੋ ਰੱਖੀ ਤੀ, ਫਿਰ ਮੈਨੇ ਇੱਧਰ ਪੁੱਛਿਆ ਕਿਆ ਹੁਆ, ਫਿਰ ਉਹ ਕਹਤੇ ਇੱਧਰ ਡੈਡ ਬੋਡੀ ਪੜੀ ਹੈ, ਫਿਰ ਮੈਂ ਇੱਧਰ ਆਇਆ, ਇੱਧਰ ਤੋਂ ਦੇਖਾ ਖੂਨ ਪੜਾ ਹੋਇਆ, ਫਿਰ ਮੈਨੂੰ ਪੁਲਿਸ ਵਾਲੋ ਕੋ ਬਤਾ ਦਿਆ ਤਾ। ਕਿੰਨੇ ਵਜੇ ਕੇ ਕਰੀਬ? 6 ਵਜੇ ਕੇ ਕਰੀਬ? ਹਾਂ, 6 ਵਜੇ ਕੇ ਕਰੀਬ ਬਤਾ ਦਾ। ਔਰ ਉਸਕੇ ਬਾਅਦ ਪੁਲਿਸ ਕਿੰਨੇ ਵਜੇ ਪਹੁੰਚੀ? 6:45 6:45 ਪਰ ਪਹੁੰਚ ਗਈ। ਤੋ ਮਤਲਬ ਆਪਨੇ ਜਬ ਦੇਖਾ ਤੋ ਕਿਆ ਲੱਗ ਰਿਹਾ ਥਾ, ਕਿ ਕਿਸੀ ਨੇ ਮਾਰ ਕੇ ਗਿਰਾ ਹੋਇਆ ਜਾਂ? ਪਹਿਲੇ ਤੋ ਹਮਨੇ ਸੋਚਾ ਕਿ ਦਾਰੂ ਪੀ ਕੇ ਕੋਈ ਪੈਸੇ ਗਿਰ ਗਿਆ ਹੋਣਾ ਲੈ ਮੈਂ, ਫਿਰ ਇੱਧਰ ਲੋਕਾਂ ਨੇ ਬਤਾਇਆ ਕਿ ਇੱਧਰ ਖੂਨ ਹੀ ਖੂਨ ਹੈ, ਫਿਰ ਇੱਧਰ ਆ ਕੇ ਦੇਖਾ ਫਿਰ ਪਤਾ ਲੱਗੇ ਮਰਡਰ ਹੀ ਹੈ ਇਹ। ਤੋ ਇਸ ਕੀ ਪਹਿਚਾਣ ਹੋਈ ਹੈ ਕੌਣ ਹੈ? ਅਭੀ ਤੋ ਪਹਿਚਾਣ ਨਹੀਂ ਹੋਈ ਇਹਨਾਂ ਕੀ, ਅਭੀ ਪੁਲਿਸ ਵਾਲੇ ਆਏ ਹੈ ਅਭੀ ਵੋ ਦੇਖਤੇ ਹੈ।